देखो तो क्वेश्चन है फर्स्ट क्वेश्चन अपन ना पहले 3 मार्क्स क्वेश्चन करवा रहे हैं दोनों हम हरियाणा के ऊपर 19 नंबर क्वेश्चन है तो क्वेश्चन लिखने होंगे दे हरियाणा का बोल लो या उनकी फोटो स्टेट पे दूंगा मैं तो देखो द फर्स्ट क्वेश्चन इज ड्रॉ द डायग्राम टू शो द इमेज फॉर्मेशन बाय द केन मिरर व्हेन इट इज रियर इनवर्टेड एंड मैग्नीफाइड इमेज द केस ऑफ द अपना मिरर दे ਇਹਦਾ ਬਸ ਕਹਿੰਦਾ ਬੇਸਿਕ ਹੈ ਯਾਰ ਕਹਿੰਦਾ ਵੈਸੇ ਡਾਇਗ੍ਰਾਮ ਤੇ ਬਹੁਤ ਘੱਟ ਹੁੰਦੇ ਯਾਰ ਤੁਹਾਨੂੰ ਆ ਜਾਏ ਜਿਹੜੀ ਪ੍ਰੋਪਰ ਨੌਲੇਜ ਆਪ ਨੂੰ ਚਾਹੀਦੀ ਆ ਅਗਰ ਇਹ ਇਧਰ ਬਣਾਉਣੀ ਵੀ ਹੈ ਕਿਵੇਂ ਬਣਾਉਣੀ ਆ ਪੋਲ ਇਹ ਤੋਂ 20 ਸੈਂਟੀਮੀਟਰ ਦੂਰ ਫੋਕਸ ਸ਼ੋ ਕਰ ਦਿਓ 6 ਸੈਂਟੀਮੀਟਰ ਦੂਰ ਸੈਂਟਰ ਆਫ ਕਰਵੇਚਰ ਹੋਵੇ ਤੇ ਇਹਦੇ ਚ ਰੂਲ ਹੁੰਦੀ ਹੈ ਕਿ ਅਗਰ ਆਬਜੈਕਟ ਹੈ ਨਾ ਸੈਂਟਰ ਤੋਂ ਪਿੱਛੇ ਪਿਆ ਰਹੇ ਨੇ ਕਿਹੜੀ ਬਣੀ ਹੁੰਦੀ ਹੈ ਬਹੁਤ ਬੇਸਿਕ ਚੀਜ਼ਾਂ ਹੈ ਨਾ ਤਾਂ ਫੋਕਸ ਵਿਧੀ ਪਾਸ ਕਰਨੀ ਰਹੀ ਇੱਕ ਅੜੀ ਫੋਕਸ ਵਿਧੀ ਪਾਸ ਕਰ ਰਹੀ ਆ ਪੈਰਲਲ ਟੂ ਦ ਪ੍ਰਿੰਸੀਪਲ ਐਕਸਿਸ ਹੋ ਜਾਂਦੀ ਹੈ ਜਿੱਥੇ ਦੋਨੋਂ ਮੀਟ ਕਰ ਜਾਂਦੀਆਂ ਇਹ ਕੀ ਆ ਜਾਂਦੀ ਹੈ ਨੋ ਇਮੇਜ ਹੈ ਇੱਕ ਰੇ ਆਪਾਂ ਹੋਰ ਵੀ ਲੈ ਸਕਦੇ ਸੈਂਟਰ ਵਾਲੀ ਅਗਰ ਸੈਂਟਰ ਤੋਂ ਇਹਦੀ ਰੇ ਜਾ ਰਹੀ ਆ ਇਹ ਵਿਦਆਊਟ ਐਨੀ ਡੇਵੀਏਸ਼ਨ ਉਸੇ ਡਾਇਰੈਕਸ਼ਨ ਕੀ ਆਏਗੀ ਵਾਪਸ ਆ ਜਾਏਗੀ ਜਿੱਥੇ ਤਿੰਨੋਂ ਰੇ ਮਿਲ ਗਈ ਵੈਸੇ ਆਪਾਂ ਦੋ ਰੇ ਲੈਣੀ ਹੁੰਦੀ ਇੱਕ ਲਾਈਨ ਤੇ ਠੀਕ ਹੈ ਪਰ ਇਹ ਤਿੰਨ ਲੈਣੀਆਂ ਨਾ ਤਿੰਨੋਂ ਰੇ ਨਾਲ ਦਿਖਾ ਸਕਦੇ ਹਾਂ ਰੂਲ ਦੇ ਬਾਰੇ ਤੁਸੀਂ ਸਮਝਾ ਰਹੇ ਹੋ ਪੈਰਲਲ ਵਾਲੀ ਫੋਕਸ ਵੀ ਦੀ ਫੋਕਸ ਵਾਲੀ ਪੈਰਲਲ ਹੋ ਜੇਗੀ ਸੈਂਟਰ ਦੀ ਰਿਫਲੈਕਟ ਬੈਕ ਹੋ ਜੇਗੀ ਸੇਮ ਡਾਇਰੈਕਸ਼ਨ ਤੇ ਇੱਥੇ ਮਿਲ ਗਈਆਂ ਕੀ ਅਗਲੇ ਤੁਹਾਡੇ ਇਮੇਜ ਤੇਰਾ ਚੁੰਕੇ ਮਿਰਰ ਆ ਮੋਸਟਲੀ ਦੀ ਇਮੇਜ ਬਣਦੀਆਂ ਦੇ ਵਿੱਚ ਉਹ ਰੀਅਲ ਤੇ ਇਨਵਰਟਡ ਹੀ ਆ ਬਸ ਉਹਦਾ ਸਾਈਜ਼ ਦਾ ਫਰਕ ਪੈਂਦਾ ਜੇ ਤਾਂ ਆਪਾਂ ਸੈਂਟਰ ਤੋਂ ਪਿੱਛੇ ਆ ਫੇਰ ਤਾਂ ਇਮੇਜ ਸਮਾਲ ਸਾਈਜ਼ ਦੀ ਰੀਅਲ ਇਨਵਰਟਡ ਬਣੇਗੀ ਜੇ ਆਪਾਂ ਐਟ ਦਾ ਸੈਂਟਰ ਆ ਜਾਵੇ ਬਿਲਕੁਲ ਸੈਂਟਰ ਦੇ ਉੱਪਰ ਆ ਜਾਵੇ ਫਿਰ ਸੇਮ ਸਾਈਜ਼ ਦੀ ਰੀਅਲ ਤੇ ਇਨਵਰਟਡ ਹੋਏਗੀ ਇਹ ਫੋਕਸ ਤੋਂ ਅੱਗੇ ਆ ਜਾਣਗੇ ਸੌਰੀ ਸੈਂਟਰ ਦੇ ਫੋਕਸ ਦੇ ਸਟਾਰ ਆ ਜਾਣਗੇ ਤਾਂ ਇਮੇਜ ਕੀ ਹੈ ਕੀ ਰੀਅਲ ਇਨਵਰਟਡ ਤੇ ਮੈਗਨੀਫਾਈਡ ਹੋਏਗੀ ਜੇ ਐਟ ਦਾ ਫੋਕਸ ਆ ਜਾਣਗੇ ਆਬਜੈਕਟ ਇਮੇਜ ਇਨਫਿਨਿਟੀ ਤੇ ਬਣੇਗੀ ਬਹੁਤ ਦੂਰ ਜਾ ਕੇ ਲਾਸਟਲੀ ਮੈਗਨੀਫਾਈਡ ਹੋਏਗੀ ਤੇ ਲਾਸਟ ਕੇਸ ਹੈ ਜੇ ਵਰਚੁਅਲ ਇਮੇਜ ਆ ਅਗਰ ਆਬਜੈਕਟ ਨੂੰ ਆਪਾਂ ਫੋਕਸ ਤੋਂ ਕੀ ਰੱਖਦੇ ਆ ਅੱਗੇ ਆ ਦਿੰਦੇ ਆ ਬਿਟਵੀਨ ਪੋਲ ਐਂਡ ਫੋਕਸ ਇਮੇਜ ਕੀ ਬਣਦੀ ਹੈ ਇਹਦੇ ਵਿੱਚ ਵਰਚੁਅਲ ਰੈਕਟ ਤੇ ਇਨਲਾਸ ਤਾਂ ਇੱਕ ਹੀ ਕੇਸ ਵਿੱਚ ਵਰਚੁਅਲ ਇਮੇਜ ਬਣਾਉਂਦਾ ਤਾਂ ਕੀ ਹੋਇਆ ਜਦੋਂ ਆਬਜੈਕਟ ਕੀ ਆ ਫੋਕਸ ਤੋਂ ਅੱਗੇ ਰੱਖਿਆ ਪਰ ਇਹਦੀ ਵਰਚੁਅਲ ਇਮੇਜ ਆ ਮੈਗਨੀਫਾਈਡ ਹੈ ਇਹਦਾ ਤੇਰਾ ਕਨਵੈਕਸ ਮਿਰਰ ਆ ਅਗਰ ਆਪਾਂ ਕਨਵੈਕਸ ਦੀ ਗੱਲ ਕਰਦੇ ਆ ਤਾਂ ਕਨਵੈਕਸ ਦੇ ਵਿੱਚ ਕੀ ਹੈਗੀ ਇਮੇਜ ਆ ਉਹ ਆਲਵੇਸ ਵਰਚੁਅਲ ਹੀ ਬਣਦੀ ਆ ਰੀਅਲ ਨਹੀਂ ਬਣਦੀ ਕਦੇ ਕਿਉਂਕਿ ਡਿਵਰਜਿੰਗ ਮਿਰਰ ਆ ਲਾਈਟ ਨੂੰ ਡਿਵਰਜ ਕਰ ਦਿੰਦਾ ਕਲਾਰ ਦਿੰਦਾ ਰੈਡੀ ਆ ਰੇਂਜ ਆਏਗੀ ਇਹ ਰਿਫਲੈਕਟ ਹੋਏਗੀ ਅਕੋਰਡਿੰਗ ਟੂ ਦਾ ਫੋਕਸ ਬਾਹਰ ਤੋਂ ਵਰਚ ਇੱਕ ਇਹ ਰੇ ਨੂੰ ਆਪਾਂ ਸੈਂਟਰ ਵੱਲ ਲੈ ਕੇ ਆਣਾ ਰੈਡੀ ਆ ਟਵਰਡਸ ਦਾ ਸੈਂਟਰ ਜਾ ਰਹੀ ਹੈ ਯਾਨੀ ਕਿ ਉਸੇ ਡਾਇਰੈਕਸ਼ਨ ਜੀ ਬਾਸ ਤੋਂ ਰਿਫਲੈਕਟ ਬੈਕ ਤੇ ਜਿੱਥੇ ਦੋਨੋਂ ਰੇ ਮਿਲ ਜਾਣੀ ਆ ਇੱਥੇ ਕੀ ਬਣ ਗਿਆ ਕੋਲੇ ਸਮਾਲ ਸਾਈਜ਼ ਦੀ ਵਰਚੁਅਲ ਤੇ ਰੈਕਟਿਵ ਇਮੇਜ ਤੇੜਾ ਕਨਵੈਕਸ ਮਿਰਰ ਆ ਉਹ ਆਲਵੇਸ ਵਰਚੁਅਲ ਤੇ ਰੈਕਟਿਵ ਬਣਾਏਗਾ ਬਟ ਸਮਾਲ ਸਾਈਜ਼ ਦੀ ਹੋਵੇਗੀ ਜਿਹੜਾ ਕਨਕੇਵ ਉਹ ਵਰਚੁਅਲ ਇਮੇਜ ਵੀ ਬਣਾ ਰਿਹਾ ਪਰ ਉਹਦੀ ਵਰਚੁਅਲ ਤੇ ਦੀ ਵਰਚੁਅਲ ਕੀ ਫਰਕ ਆ ਇਹ ਸਮਾਲ ਸਾਈਜ਼ ਵਰਚੁਅਲ ਆਉਂਦੀ ਮੈਗਨੀਫਾਈਡ ਵਰਚੁਅਲ ਆ ਇਨਵਰਟਡ ਇਮੇਜ ਇਸ ਦੋਨੋਂ ਤਰ੍ਹਾਂ ਦੀਆਂ ਬਣ ਗਈਆਂ ਸਮਾਲ ਸਾਈਜ਼ ਦੀ ਇਨਵਰਟਡ ਇਮੇਜ ਵੀ ਬਣ ਰਹੀ ਹੈ ਤੇ ਮੈਗਨੀਫਾਈਡ ਵੀ ਇਨਵਰਟਡ ਇਮੇਜ ਬਣ ਰਹੀ ਹੈ ਕਿ ਪੋਜੀਸ਼ਨ ਦਾ ਫਰਕ ਉਹ ਯਾਦ ਰੱਖਣਾ ਆਪਾਂ ਕਿੱਥੇ ਕਿੱਥੇ ਆ ਤੇ ਦੋਨੋਂ ਮਿਰਰ ਦੀ ਇਮੇਜ ਫਾਰਮੇਸ਼ਨ ਤੁਹਾਨੂੰ ਆ ਸਕਦੀ ਹੈ ਵੈਸੇ ਬਹੁਤ ਘੱਟ ਚਾਂਸ ਆ ਅਗਰ ਕਦੀ ਇਮੇਜ ਹੀ ਆਈ ਵੈਸੇ ਬਣਾਉਣੀ ਆ ਤਾਂ ਕੁਐਸਚਨ ਇਹ ਵੀ ਇਸ ਤੇ ਆ ਸਕਦੇ ਆ ਇੱਕ ਇੰਚ 10 ਨੰਬਰ ਕੁਐਸਚਨ ਆਇਆ ਮਿਰਰ ਫਾਰਮੂਲਾ ਟਰਾਈ ਕਰਨਾ ਇਹ ਆਪਣੀ ਡਾਇਰੈਕਸ਼ਨ ਆ ਸਕਦੀ ਹੈ ਆ ਟੇਕ ਦਾ ਮਿਰਰ ਫਾਰਮੂਲਾ ਐਂਡ ਰਾਈਟ ਦਾ ਐਕਸਪ੍ਰੈਸ਼ਨ ਫਾਰ ਮੈਗਨੀਫਿਕੇਸ਼ਨ ਇਹਦੇ ਵਾਸਤੇ ਰੂਲ ਚੱਲ ਜਦੋਂ ਵੀ ਤੁਹਾਨੂੰ ਮਿਰਰ ਫਾਰਮੂਲਾ ਟਰਾਈ ਕਰੋਗਾ ਤਾਂ ਜਿਹੜੀਆਂ ਰੇ ਆਪਾਂ ਆਪਣੀ ਮਰਜ਼ੀ ਨਾਲ ਦੇ ਆਏ ਨੇ ਜਿਹੜੀਆਂ ਮਰਜ਼ੀ ਲੈ ਲਾਂਗੇ ਤੁਸੀਂ ਰੇ ਕਿਹੜੀਆਂ ਲੈਣੀਆਂ ਦੇ ਵਿੱਚ ਇਸੇ ਆਬਜੈਕਟ ਕਰਦੇ ਹੋ ਇੱਕ ਰੇ ਤਾਂ ਤੁਸੀਂ ਲੈਣੀ ਹੈ ਸੈਂਟਰ ਵਾਲੀ ਤਾਂ ਇਹਦੀ ਸੈਂਟਰ ਵੱਲ ਨੂੰ ਜਾ ਰਹੀ ਹੈ ਕਿ ਇਹ ਉਸੇ ਡਾਇਰੈਕਸ਼ਨ 'ਚ ਵਾਪਸ ਆ ਇੱਕ ਰੇ ਤੁਸੀਂ ਕਰਦੀ ਹੈ ਪੋਲ ਦੇ ਉੱਪਰ ਡਰਾ ਕਰਦੀ ਹੈ ਪੋਲ ਤੇ ਇਹ ਵੈਸੇ ਪਹਿਲਾਂ ਵਿੱਚ ਰੂਲ ਤਾਂ ਲਿਖਿਆ ਨਹੀਂ ਤਾਂ ਪੋਲ ਦੇ ਉੱਪਰ ਇਨਸੀਡੈਂਟ ਕਰਾਉਣੀ ਹੈ ਐਟ ਦ ਐਂਡ ਆਫ ਇਨਸੀਡੈਂਟ ਆਈ ਤਾਂ ਇੱਥੇ ਕੋਈ ਰੂਲ ਨਹੀਂ ਲੱਗਦਾ ਲਾਅ ਆਫ ਰਿਫਲੈਕਸ਼ਨ ਅਕੋਰਡਿੰਗ ਪਰਫੈਕਟ ਕਰਾਉਗੇ ਨਾ ਤਾਂ ਲਾਅ ਆਫ ਰਿਫਲੈਕਸ਼ਨ ਦੇ ਅਕੋਰਡਿੰਗ ਕੀ ਹੋਏਗਾ ਜਿੰਨੇ ਐਂਗਲ ਦੇ ਲਾਈਟ ਇਨਸੀਡੈਂਟ ਕੀਤੀ ਆ ਉਸੇ ਐਂਗਲ ਦੀ ਲਾਈਟ ਰਿਫਲੈਕਟ ਹੋਏਗੀ
प्लस यू वी, V
वी आर आर टर्मिक लो यू आर इधर के प्लस हो गया यू वी इधर के प्लस हो गया यू वी प्लस यू वी रिलेशन आ गया वी आर प्लस यू आर इक्वल टू टू यू वी थोड़ा सिंपल लग रहा है इक्वेशन क्या है एक और फॉर्म यूज करते हैं बेसिकली डिवाइड बाय यू वी यू वी नॉट डिवाइड कर दूंगा सारे दो यू वी लिखूंगा मैं इतने रहते रहेंगे अगला वन बाय नहीं वी आर बाय यू वी यू वी यू आर बाय यू वी टू ओवर यू वी वी कैंसिल हो गया यू कैंसिल हो गया आर में कॉमन कट गया अंदर रह गया वन बाय यू प्लस वन बाय v equal to the 2 u v c u v cancel with u v 2 रहे 2 through divide कर दो तो 1 by u equal plus 1 by v equal to 2 by ये mirror form आ गया पर ये मैं focal length form चलेंगे ना तो r अपन पता कि इधर double of the focal length तो r ये देखिए कितना करते हैं अपन 2 by तो फाइनल रिलेशन आ गया 1 by u plus 1 by v equal to 1 by f इस रिलेशन को बोलते हैं मिरर फॉर्स तो 3 मार्क्स को डिवाइड कर अंदर राइट करना तब पता चलेगा बच्चे ने पूछा आल्सो फाइंड द रिलेशन फॉर मैन इक्वेशन का रिलेशन तो उन्होंने देखो कोई देखो द मैन इक्वेशन इज द रेशियो ऑफ द ऑब्जेक्ट साइड इमेज साइड टू द ऑब्जेक्ट साइड मैन इक्वेशन दिया इमेज द साइड ओवर ऑब्जेक्ट का साइड इमेज का साइड की अपने लिए होने थे ए डैश बी डैश ऑब्जेक्ट का साइड किया ए बी ए वैल्यू पर ए डैश बी डैश और ए बी की वैल्यू की अपने लिए ऐसे भी हो गए थे हां ए बी ये यूज करने के लिए किया है ए बी ओवर ए डैश बी डैश पर अपन जी ए डैश बी डैश ऊपर एनु रोटेट करके वैल्यू भर दो की फसल की वैल्यू को ए डैश पी ओवर ए साइन रिलेशन अप्लाई कर दो एच डैश है ना इमेज का साइज है डाउनवर्ड है डाउनवर्ड को साइन की लेनी है अपना नेगेटिव ऑब्जेक्ट ऊपर नो रेक्ट का पॉजिटिव इक्वल टू ए डैश पी नेगेटिव बी ए बी नेगेटिव ए नेगेटिव कैंसिल हो जाएगा बट आर एक्टिव है तो ऊपर चला जाएगा बी वाले पास से तब फाइनल रिलेशन हम लोग आएगा ए बी द मेन रिलेशन ऑफ नेगेटिव बी बाय यू ए मेन रिलेशन ऑफ फॉर्मूला ठीक है तो ये फार्मूला तुम ट्राई करना असल 3 मार्क्स के विच फिर उसे अंदर दोबारा अप्लाई करके देखो
लेट सी कॉमन है तो करेगा 290 होगा। तो उसी तरह सिमिलैरिटी लेके रेश फार्मूला सेम ही बनेगा चाहे कन्वेक्स मिरर चाहे कॉनकेव। तो डायग्राम नाल ही नोट कर लियो ते मेरा के आगे देखो ठीक है बात। नेक्स्ट क्वेश्चन नंबर कहते हैं ऑब्जेक्ट है क्यों नहीं हाइट की हुई है वैसे टेंथ के बेस पे बड़े भी ओके नहीं है सिलेक्ट करवा देना। तो नेक्स्ट मिरर है साइन कन्वेंशन तुम नहीं पता करेंगे तुम क्या बात नहीं है। ऑब्जेक्ट पे है 60 सेंटीमीटर से तो ऑब्जेक्ट दे भी साइन कन्वेंशन तो यूज करनी की बात नहीं है नेगेटिव क्योंकि ये ऑब्जेक्ट मिरर आप इधर रख रहे हैं तो ऑब्जेक्ट को अपन लेफ्ट साइड पे रखेंगे क्योंकि ये ऑलवेज नेगेटिव लो ये अपन ऑब्जेक्ट पे लेफ्ट साइड पे गाय करो केस ऑन भी नीचे बात यूज पॉजिटिव ले करके और साइन कन्वेंशन से बस एक रूल लगना कि लेफ्ट साइड तो नेगेटिव वैल्यूज राइट साइड तो वैल्यू ये का हो पॉजिटिव यू नेगेटिव 60 यूज करेगा। ते कन्वेक्स मिरर दी फोकल लेंथ 15 है तो फोकल लेंथ का साइन किस तरह लेना होता है जिधर कन्वेक्स आ चाहे वो मिरर आ चाहे लेंस आ फिर फोकल लेंथ तो दिखे होगी पॉजिटिव जब कनकेव चाहे वो कनकेव मिरर आ चाहे कनकेव लेंस आ उसी फोकल लेंथ की लेनी है अपना नेगेटिव से ते रूल पॉजिटिव को इमेज का साइन किस नाम की है बस इधर फार्मूला अप्लाई करके कौन सा लगे या फिर करेंगे यू दे अपनी वैल्यू पर दे विद साइन कन्वेंशन तो वी दी वैल्यू है बचना है मैग्नीफिकेशन डब्ल्यू कहता वो आर रिलेशन यूज कर वी दी ऊपर केड़े आ के डिवाइड करते तो मैग्नीफिकेशन नेक्स्ट टॉपिक है कहते एक मिरर है ओदी फोकल लेंथ एक मिरर की फोकल लेंथ दी हुई है अपन को 1 मीटर है कहते अगर इनको अपन वाटर सबमर्ज कर दिए मिरर को तो फोकल लेंथ सो बचू ना कट दोगी ये बहुत इंपॉर्टेंट क्वेश्चन है ज्यादातर बहुत बारी होते हैं कि लेंस को पानी से डुबोदा मिरर को पानी से डुबोदा प्रिज्म को पानी से डुबोदा या स्लैब को पानी से डुबोदा तो उन्हें फोकल लेंथ किस तरह बदलती है तो नोट से प्रॉपर्ली इतना बनाएंगे सारे केसेस वगैरह बना देते हैं पर एक बार थोड़ा ओवरव्यू ले लेते हैं। तेरा कनकेव मिरर का लेंस हो गए मिरर हो गए कनकेव मिरर है कनवेक्स मिरर उसकी फोकल लेंथ चेंज ही होगी अगर वो पानी के बीच चाहे पानी तो बाहर या किसी भी लिक्विड के बीच फोकल लेंथ की चेंज होनी है लेंस की चाहे मिरर लेंस कनवेक्स हो चाहे कनकेव उस केस होते अलग अलग वो बढ़ा गया पर एक मेन ही मेन चीज है कि ये मिरर की फोकल लेंथ कभी भी की नहीं होगी चेंज नहीं अगर पानी से बात करता यानी फोकल लेंथ नहीं दसोगी रहेगी ताकि रहेगी यदि सेम रहे आगे बढ़ते हैं ना कि कन्वेक्स लेंस आओ ना पहले अलग बात जिधि फोकल लेंथ 10 सेंटीमीटर ते व्हाट इज इट्स फोकल लेंथ इन वाटर वाटर फोकल लेंथ दसोगी नहीं रहेगी कि बच्चे अपन एयर की फोकल लेंथ दे दी यदि डेंसिटी तो कॉलेज कर दी अपन वाटर्स कर दी तो हम जो भी फोकल लेंथ लेंस वाला क्वेश्चन आया फोकल लेंथ का तो फोकल लेंथ का लेंस जेड़ा फार्मूला होता है जिसको हम लेंस मेकर फार्मूला बोलते हैं हम 1/f इक्वल टू म्यू नॉट एन लेवल n माइनस 1 1/r1 माइनस 1/r2 r1 r2 ये होते हैं जेडे कन्वेक्स पे दोनों सरफेस वाले इनन दे रेडियस होते हैं r1 इधर के रेडियस होता है r2 इधर के रेडियस ठीक है तो ये ध्यान रखिए ये अब ऑब्जेक्ट इधर ही सेंटर आ रहा है यदि r1 की वैल्यू होती है पॉजिटिव रखनी होती है क्योंकि इधर रेडियस इधर होना r2 वाला सेकंड सरफेस है वो लेफ्ट साइड वाला सेंटर होगा उधर रेडियस कितना होगा नेगेटिव होगा ये वैल्यू नोट पे इधर वैसे ही नोट नहीं करनी फिर रिफ्रैक्टिव इंडेक्स केड़ा लेना होता है जिधर लेंस एयर च पिया फिर तो अपन ग्लास का रिफ्रैक्टिव इंडेक्स किधर किधर अकॉर्डिंग लेना एयर के अकॉर्डिंग तो जे लेंस को अपन पानी च बोदा होना ना तो r1 r2 को ही फर्क पड़ना क्योंकि r1 r2 की ओदे कर्व रेडियस है और के जिनु पानी च को के शेप थोड़ा बदल जो नहीं की बदल जो शेप थोड़ा बदल नहीं जितना ओदा कर्व हैगा तो नहीं रहनी है सॉलिड बॉडी है फर्क क्यों करना सिर्फ रिफ्रैक्टिव इंडेक्स की फर्क बना इन एयर में
तो जे मैं वाटर से रखते हैं नो रिफ्रेक्टेड एक्स का लंबू होना है ये लंबू ग्लास था विद रिस्पेक्ट टू वाटर रेशियो बस आ मेन पर आर वन आर टू की रहने हैं सेम रहने हैं तो ये दोनों क्वेश्चन आया आपने करना तो सी ये अपने दोनों क्वेश्चन को डिवाइड कर दो ये तो डिवाइड करोगे क्या होगा आ दोनों टर्म सीधी कट जाएंगे सेम रहेंगे ऐसे क्या होगा आ वन ओवर एफ ए वन बाय एफ डब्ल्यू होगा ये तो डेट हो जाएगी ये ऊपर से एफ डब्ल्यू ऊपर चली जाएगी एफ ए चले इक्वल टू इधर क्या रहेगा ग्लास का विद रिस्पेक्ट टू ए तो ग्लास का विद रिस्पेक्ट टू आ वैल्यू तो मिलेगा वैसे ये तो एमसीक्यू आया था इतना करनी रोड नहीं पे तो सीधे केस लिखाए हुए हैं मैंने उसे तो तुमने की करना तुम दस्य आया कि जेदा जेड़ा मटेरियल चपट हो रहे हैं लिक्विड से ਉਹਦਾ ਰਿਫਲੈਕਟਿਡ ਇੰਡੈਕਸ ਗਲਾਸ ਨਾਲੋਂ ਘੱਟ ਆ ਫਿਰ ਤਾਂ ਫੋਕਲ ਲੈਂਥ ਵੱਧਦੀ ਹੁੰਦੀ ਹੈ ਬੇਸ਼ੱਕ ਲੋੜਿਆ ਕਰ ਲਿਖਾਇਆ ਨੋਟਸ ਤੇ ਪੜ੍ਹ ਲਓ ਕਿ ਜਿਹਦਾ ਲਿਕੁਇਡ ਜਿਹੜੇ ਤੇ ਬਸ ਸਿਫਟ ਹੋ ਰਹੇ ਆ ਨੋ ਲੈਂਥ ਨੂੰ ਉਹਦਾ ਰਿਫਲੈਕਟਿਡ ਇੰਡੈਕਸ ਗਲਾਸ ਨਾਲੋਂ ਘੱਟ ਹੋਇਆ ਫਿਰ ਤਾਂ ਫੋਕਲ ਲੈਂਥ ਕੀ ਹੋਏਗੀ ਇਨਕਰੀਜ਼ ਕਰੇਗੀ ਜੇ ਲਿਕੁਇਡ ਦਾ ਰਿਫਲੈਕਟਿਡ ਇੰਡੈਕਸ ਗਲਾਸ ਨਾਲੋਂ ਕੀ ਹੋਇਆ ਜ਼ਿਆਦਾ ਹੋਇਆ ਫਿਰ ਕੀ ਹੋਏਗਾ ਉਹਦਾ ਸਾਈਨ ਬਦਲ ਜਾਂਦਾ ਫੋਕਲ ਲੈਂਥ ਅਗਰ ਫੋਕਲ ਲੈਂਥ ਮਿਲਾ ਕੀ ਆ पॉजिटिव है तो हम की होगी वो नेगेटिव होगी ये पहला नेगेटिव हुई ना पॉजिटिव मतलब जरा कन्वेक्स लेंस है वो कनकेव वांगू बिहेव कर लगा लूगा जरा कनकेव हो या वो की बार लगा लूगा कन्वेक्स तो मैग्नीट्यूड तो बदलूगा ये मतलब 20 हुई पहला फोकल लेंथ की तो नेगेटिव 30 ना नेगेटिव 40 बन जाएगी वैल्यू बदलूगी बट साइन ओदा ऑपोजिट हो तो जे अपन सेम दे विच कटोदा नो सेम दे विच जिन्ना ਗਲਾਸ ਦਾ ਰਿਫਰੈਕਟ ਇੰਡੈਕਸ ਉਹਨਾਂ ਹੀ ਲਿਕੁਇਡ ਦਾ ਹੋਇਆ ਅਗਰ ਫਿਰ ਕੋਈ ਚੇਂਜ ਨਹੀਂ ਆਇਆ ਨਹੀਂ ਸਰ ਚੇਂਜ ਆਏਗੀ ਉਹਦੀ ਫੋਕਲ ਲੈਂਥ ਇਨਫਿਨਿਟੀ ਹੋ ਜਾਂਦੀ ਹੈ ਫਿਰ ਫੋਕਲ ਲੈਂਥ ਕੀ ਹੈ ਜਿਹੜੀ ਇਨਫਿਨਿਟੀ ਹੋ ਜਾਂਦੀ ਮਤਲਬ ਉਹ ਲਾਈਟ ਨੂੰ ਨਾ ਤਾਂ ਕਨਵਰਟ ਕਰੂਗਾ ਤੇ ਨਾ ਹੀ ਲਾਈਟ ਨੂੰ ਡਿਮਰਜ ਕਰੂਗਾ ਉਹ ਬਿਲਕੁਲ ਪਲੇਨ ਲੈਂਸ ਬਣ ਜਾਊਗਾ ਸਰ ਮਤਲਬ ਲਾਈਟ ਨੂੰ ਬੈਂਡ ਕਰਨ ਨਹੀਂ ਹਟਦੀ ਉਹ ਅਗਰ ਆਪਾਂ ਸੇਮ ਮਟੀਰੀਅਲ ਦੇ ਵਿੱਚ ਰੱਖਦਾ ਜਿਹਦਾ ਰਿਫਰੈਕਟ ਇੰਡੈਕਸ ਗਲਾਸ ਨਾਲ ਮੈਚ ਕਰਦਾ ਤੇ ਕੇਸ ਕੀਤੀ ਹੋਈ ਆ ਤਾਂ ਉੱਥੇ ਡਾਬੇ ਉੱਪਰ ਨੰਬਰਿਕਲ ਕਰਾਉਂਦਾ ਦੋ ਹੱਥ ਇਕੱਠੇ ਕਰਦਾ ਦੋ ਇਕੁਏਸ਼ਨ ਨਾਲ ਲੀਆਂ ਦੋ ਨੂੰ ਡਿਵਾਈਡ ਕਰ ਦੇਣਾ ਆ ਵੈਲਿਊ ਨੂੰ ਗਿਵਨ ਹੋਣਗੀਆਂ ਏਅਰ ਦੇ ਵਿੱਚ ਕੀ ਗਿਵਨ ਹੋਏਗੀ ਵੈਲਿਊ ਤੇ ਤੋਂ ਬਾਅਦ ਨਿਕਲੇ ਹੋਈ ਵਾਟਰ ਦੇ ਪਰ ਇੱਕ ਚੀਜ਼ ਹੋ ਕੇ ਰਹਿ ਜਿਹੜਾ ਰਿਫਰੈਕਟਿਡ ਇੰਡੈਕਸ ਆਪਣ ਗਲਾਸ ਦਾ ਦਿੱਤਾ ਹੋਇਆ ਵਿਦ ਰਿਸਪੈਕਟ ਟੂ ਏਅਰ 1.5 ਉਸ ਤੋਂ ਬਾਅਦ ਆਪਣ ਦਿੱਤਾ ਹੈ ਵਾਟਰ ਦਾ ਵਿਦ ਰਿਸਪੈਕਟ ਟੂ ਏਅਰ
Carp anyway. A new focal length are really when it submerges in the water. तो ध्यान रखना इतने लोगों ने कैलकुलेशन करके देखा कि तुम बदला गया है फोकल लेंथ बदल गई थी आई थिंक टू टेन ही आएगा 170 है तो अप्रोक्सीमेटली मेरा तो ये फोर टाइम्स इंक्रीज हो गई नियर 240 दे नियर 300 आई कुछ भी नहीं मेरे को तो इसके कैलकुलेट कर सकते हैं तो तरीका अगर किसी भी लेंस नो आप वाटर से या किसी मटेरियल से मर्ज कर दें तो दो इक्वेशंस बना के डिवाइड कर देना तो न्यू फोकल लेंथ हम लोग जे जस्ट डायरेक्टली पूछिया ठीक है कि वधी या घटी या तो फिर जेड़ा मैं पहला तीन चीजें दसी हैं ओदे विच आंसर दस नेक्स्ट ऑर्डर क्वेश्चन उन्होंने नहीं किने ऑब्जेक्ट इन द स्क्रीन आर प्लेस्ड 90 सेंटीमीटर अपार्ट एक ऑब्जेक्ट है एक स्क्रीन है दोनों का डिस्टेंस कितना 90 सेंटीमीटर है द फाइंड द फोकल लेंथ ऑफ अ लेंस एंड द नेचर ऑफ द लेंस रिक्वायर्ड टू क्लियर इमेज ऑन द स्क्रीन प्रोवाइड द साइड ऑफ द ऑब्जेक्ट स्क्रीन में देखो एक ऑब्जेक्ट है अपने एक स्क्रीन है बोथ आर 90 सेंटीमीटर अवे दोनों का डिस्टेंस कितना 90 सेंटीमीटर ਆਪਾਂ ਸਕਰੀਨ ਦੇ ਉੱਪਰ ਕਲੀਅਰ ਇਮੇਜ ਬਣਾਉਣੀ ਹੈ ਜੀ ਤੇ ਸਾਈਡ ਦਾ ਕਿਉਂ ਚਾਹੀਦਾ ਵਾ ਡਬਲ ਸਾਈਡ ਦਾ ਹੁਣ ਦੇਖੋ ਜੋ ਸਟੇਟਮੈਂਟ ਗਿਵਨ ਉਹਨਾਂ ਨੂੰ ਆਪਾਂ ਯੂਜ਼ ਕਿਵੇਂ ਕਰਨਾ ਆਪਾਂ ਨੂੰ ਕਿਹਾ ਕਿ ਨਹੀਂ ਕਲੀਅਰ ਇਮੇਜ ਸਕਰੀਨ ਤੇ ਬਣਨੀ ਚਾਹੀਦੀ ਹੈ ਸਕਰੀਨ ਦੇ ਵਿੱਚ ਬੰਦਾ ਮਤਲਬ ਕਿਹੜੀ ਇਮੇਜ ਚਾਹੀਦੀ ਹੈ ਰੀਅਲ ਕਿ ਵਰਚੁਅਲ ਰੀਅਲ ਇਮੇਜ ਚਾਹੀਦੀ ਵਰਚੁਅਲ ਸਕਰੀਨ ਤੇ ਬੰਦੀ ਨਹੀਂ ਪਰ ਰੀਅਲ ਇਮੇਜ ਕੌਣ ਬਣਾਉਂਦਾ ਵਾ ਜੇ ਆਪਾਂ ਲੈਂਸ ਦੇ ਅਕੋਰਡਿੰਗ ਸੋਚੀਏ ਜਾਂ ਕਨਵੈਕਸ ਲੈਂਸ ਹੁੰਦਾ ਇਹਦੀ ਇਮੇਜ ਇੱਥੇ ਸਕਰੀਨ ਦੀ ਆਪਾਂ ਕੋਈ ਐਫ ਹੁੰਦਾ ਇਹਦਾ ਡਬਲ 2f इधरी साइड f2 दें 2f जब यदि इमेज फॉर्मेशन को समझिए तो की रूल होता है इससे जब ऑब्जेक्ट 2f तो बियॉन्ड होते हैं इमेज एच की बनती है रियल इवेंटेड से स्मॉल साइज ही बनती है बिटवीन f एंड 2f अगर ऑब्जेक्ट 2f पे होएगा तो सेम साइज इमेज बनती है एट द 2f ऑब्जेक्ट अगर 2f तो ओके है जब बिटवीन f एंड 2f का इमेज की बनती है वर्चुअल पे रियल पे इवेंटेड पे beyond 2f and magnified ਪਰ ਜਦੋਂ ਆਪਾਂ 2f ਤੋਂ ਅੱਗੇ ਆ ਜਾਂਦੇ ਇਹ ਵਿੱਚ ਮੈਗਨੀਫਾਈਡ ਬਣਾਉਣ ਲੱਗ ਜਾਂਦਾ ਵੱਡੇ ਸਕੇਲ ਦੀ ਐਟ f ਤੇ ਅਸੀਂ ਇਮੇਜ ਇਨਫਿਨਿਟੀ ਦੇ ਬਣਾਉਂਦੇ ਲਾਸਟ ਦੀ ਮੈਗਨੀਫਾਈਡ ਪਰ ਇਹ ਚ ਇੱਕ ਕੇਸ ਆ ਲਾਸਟ ਕੇਸ ਕਿਹੜਾ ਅਗਰ ਆਬਜੈਕਟ ਆਪਾਂ ਫੋਕਸ ਤੇ ਆਪਟੀਕਲ ਸੈਂਟਰ ਦੇ ਵਿਚਕਾਰ ਰੱਖ ਦਿੰਦੇ ਆ ਤਾਂ ਫਿਰ ਵੀ ਇਮੇਜ ਬਣਾਉਂਦਾ ਕਿਹੜੀ ਬਣਾਉਂਦਾ ਇਹ ਜੇ ਆਪਾਂ ਇਹਨੂੰ ਸਟੈਂਡ ਕਰਕੇ ਇਧਰ ਬਣਾ ਲਏ ਉਹ ਕੀ ਬਣਾਉਂਦਾ ਵਰਚੁਅਲ ਰੈਕਟ ਤੇ ਮੈਗਨੀਫਾਈਡ ਮਤਲਬ ਕਨਕੇਵਰ ਨੂੰ ਹੋਈਆਂ ਸਾਰੀਆਂ ਜਿਹੜਾ ਪਹਿਲਾਂ ਪੜ੍ਹੀ ਵਰਚੁਅਲ ਰੈਕਟ ਦੇ ਮੈਗਨੀਫਾਈਡ ਸੀ ਇੱਕੋ ਕੇਸ ਹੀ ਬਣਾਉਂਦਾ ਜਦੋਂ ਆਬਜੈਕਟ ਫੋਕਸ ਤੋਂ ਅੱਗੇ ਅਦਰਵਾਈਜ਼ ਇਹਦੀ ਇਮੇਜਸ ਕਿਹੜੀਆਂ ਹੋ ਸਕਦੀਆਂ ਰੀਅਲ ਇਨਵਰਟਡ ਆ ਸਮਾਲ ਸਾਈਜ਼ ਦੀਆਂ ਨਹੀਂ ਮੈਗਨੀਫਾਈਡ ਵੀ ਹੈ ਜਿਹੜਾ ਹੈ ਕਨਕੇਵ ਲੈਂਸ ਆ ਇਹਦੀ ਇਮੇਜਸ ਕਿਸ ਤਰ੍ਹਾਂ ਦੀਆਂ ਇਹਦੇ ਚ ਹੋਈ f 2f 2f 2 ਤੇ 2f ਆਬਜੈਕਟ ਜਿਹੜੀ ਮਰਜ਼ੀ ਪੋਜੀਸ਼ਨ ਤੇ ਰੱਖ ਦੋ ਜਿੱਥੇ ਮਰਜ਼ੀ ਰੱਖ ਦੋ ਇਹਦੀ ਇਮੇਜਸ ਕਿੱਥੇ ਆ ਆਲਵੇਜ਼ between center and optical center between optical center and focus the image is kidi hai di je main dekhan kidi diagram banake na aaye diagram ban di itho ray nu divers kar denda ban ek optical center vich ray without division nahi hundi te jithe extend karke main ray nu banane aa aap de image bandi te extend kita ray nu pa image kidi ban gayi virtual hai te image kidi hai diyan virtual te ਰੈਕਟ ਸਾਈਜ਼ ਕੀ ਉਹਨਾਂ ਦਾ ਸਮਾਲ ਤਾਂ ਹੁਣ ਇਹ ਅਗਰ ਆਪਣੇ ਜਾਣਕਾਰੀ ਹੈਗੀ ਆ ਇਮੇਜ ਫਾਰਮੇਸ਼ਨ ਦੀ ਫਿਰ ਆਪਣਾ ਕੁਐਸਚਨ ਸਮਝ ਲੱਗਣਾ ਕੀ ਪੁੱਛ ਰਹੇ ਤਾਂ ਆਪਾਂ ਕੁਐਸਚਨ ਦੇ ਦੁਆਰਾ ਆਨੇ ਕੀ ਆ ਤਾਂ ਉਹ ਕਹਿ ਰਿਹਾ ਕਿ ਸਕਰੀਨ 90 ਸੈਂਟੀਮੀਟਰ ਅਵੇ ਪਈ ਆ ਆਬਜੈਕਟ ਨਾਲੋਂ ਤਾਂ ਆਪਾਂ ਚਾਹੁੰਦੇ ਕਿ ਸਕਰੀਨ ਤੇ ਰੀਅਲ ਤੇ ਇਨਵਰਟਡ ਇਮੇਜ ਬਣੇ ਤਾਂ ਆਬਜੈਕਟ ਲੈਂਸ ਕਿਹੜਾ ਯੂਜ਼ ਕਰੀਏ ਤਾਂ ਪਹਿਲਾ ਕੁਐਸਚਨ ਦਾ ਇਹ ਪੁੱਛ ਰਹੇ ਨੇ ਤਾਂ ਲੈਂਸ ਕਿਹੜਾ ਵਰਤਾਂਗੇ ਆਪਾਂ ਕਨਵੈਕਸ ਵਰਤਾਂਗੇ ਕਿਉਂਕਿ ਕਨਵੈਕਸ ਕੀ ਆ ਆਲਵੇਜ਼ ਨਹੀਂ ਆਲਵੇਜ਼ ਨਹੀਂ ਕਨਕੇਵ ਆਪਾਂ ਵਰਤ ਨਹੀਂ ਸਕਦੇ ਕਿਉਂਕਿ ਕਨਕੇਵ ਦੀ ਇਮੇਜ ਸਕਰੀਨ ਆ ਵਰਚੁਅਲ ਆ ਜਿਹੜੀ ਸਕਰੀਨ ਤੇ ਬਣੀ ਸਕਦੀ ਹੈ ਇਹਦੇ ਵੱਲ ਆਪਾਂ ਕਨਵੈਕਸ ਲੈਂਸ ਵਰਤਾਂਗੇ ਪਲੇਸ ਕਿੱਥੇ ਕਰਨਾ ਉਹ ਆਪਣਾ ਅਗਲਾ ਕੁਐਸਚਨ ਆ ਤਾਂ ਕਿੱਥੇ ਪਲੇਸ ਕਰਨਾ ਆਪਾਂ ਨੂੰ ਪਤਾ ਨਹੀਂ ਆ ਤਾਂ ਲੈਟ ਕਰ ਲਓ ਆਬਜੈਕਟ ਵੀ ਨਹੀਂ ਦੂਰ ਰੱਖਤਾ ਜਾਂ ਆਬਜੈਕਟ ਲੈਂਸ ਵੀ ਨਹੀਂ ਦੂਰ ਰੱਖਤਾ ਬਸ ਐਕਸ ਐਂਡ ਓ ਐਸ ਲੈਟ ਕਰ ਲਓ ਐਂਡ ਇਮੇਜ ਕਿਵੇਂ ਬਣ ਰਹੀ ਫਿਰ ਆਪਣੀ
ਪੂਰਾ 90 ਸੀ ਕਹਿੰਦਾ 90 ਹੋਵੇ ਨਾ ਸਰ ਐਕਸਲੈਂਟ ਗੱਲ ਕਰ ਰਿਹਾ ਬੇਟੇ ਪਰਸੋਂ ਆਪਕੀ ਪੀਟੀਐਮ ਹੈ ਔਰ ਆਪਕੀ ਛੁੱਟੀ ਨਹੀਂ ਹੈ ਆਪਕੋ ਔਰ ਆਪਕੇ ਰੈਗੂਲਰ ਕਲਾਸਿਸ ਹੋਣਗੇ ਪੇਰੈਂਟਸ ਆਉਣਾ ਜ਼ਰੂਰੀ ਹੈ ਕਿਉਂਕਿ ਉਸ ਦਿਨ ਆਪਕੇ ਰਿਪੋਰਟ ਦਾ ਸਾਰੇ ਇਸ ਕੋਲ ਰੋਲ ਨੰਬਰਸ ਪਰ ਸਾਈਨ ਨਹੀਂ ਹੋਣੀ ਹੈ ਪੇਰੈਂਟਸ ਦੇ ਕੋਈ ਇੱਕ ਵੀ ਆ ਕੇ ਕਰ ਸਕਦਾ ਹੈ ਕੋਈ ਜ਼ਰੂਰੀ ਨਹੀਂ ਦੋਨੋਂ ਨੂੰ ਬਟ ਆਉਣਾ ਜ਼ਰੂਰੀ ਹੈ ਇਸ ਔਰ ਪੀਟੀਐਮ ਦੀ ਟਾਈਮਿੰਗ ਰਹੀ ਹੈ ਜੋ ਸਕੂਲ ਟਾਈਮ ਟਿਲ 2:40 ਠੀਕ ਹੈ ਐਂਡ ਦ ਡਿਪੋਜ਼ੀਸ਼ਨ ਆਫ ਦ ਫੀਸ ਇਜ਼ ਮੈਂਡੇਟਰੀ ਫੋਰ ਯੂ ਨਹੀਂ ਤਾਂ ਰੋਲ ਨੰਬਰ ਸ਼ੁਰੂ ਹੋ ਗਿਆ ਠੀਕ ਹੈ ਸਾਈਨ ਵੀ ਕਰੀ ਸਰ ਜੀ ਨੈਕਸਟ ਆਪਾਂ ਨੂੰ ਹੁਣ ਆਬਜੈਕਟ ਪਤਾ ਲੱਗਿਆ ਕਿ ਨਹੀਂ ਦੂਰ ਲੈਟ ਕਰ ਲਿਆ ਆਪਾਂ ਐਕਸ ਦੀ ਫਾਰਮ ਚ ਪਰ ਆਪਾਂ ਸਾਈਨ ਫੰਕਸ਼ਨ ਦੀ ਕੋਈ ਵੈਲਿਊ ਯੂਜ਼ ਕਰਾਂਗੇ ਨਹੀਂ ਆ ਤਾਂ ਯੂ ਦੀ ਵੈਲਿਊ ਯੂਜ਼ ਕਰਾਂਗੇ ਆਪਾਂ ਨੈਗੇਟਿਵ ਐਕਸ ਵੀ ਦੀ ਵੈਲਿਊ ਰਾਈਟ ਸਾਈਡ ਹੈ ਦਾ ਤਾਂ ਪੋਜ਼ਿਟਿਵ 90 ਮਾਈਨਸ ਐਕਸ ਵੀ ਦੀ ਯੂ ਪਤਾ ਲੱਗ ਗਈ ਪਰ ਆਪਾਂ ਨੂੰ ਐਫ ਨੂੰ ਵੀ ਆਪਾਂ ਫਾਈਂਡ ਆਊਟ ਕਰਨਾ ਫੋਕਲ ਲੈਂਥ ਫਾਈਂਡ ਕਰਨੀ ਹੈ ਪਰ ਫੋਕਲ ਲੈਂਥ ਨਹੀਂ ਗਿਵਨ ਇੱਕ ਆਪਾਂ ਨੂੰ ਮੈਗਨੀਫਿਕੇਸ਼ਨ ਗਿਵਨ ਹੈ ਨਾ ਜੀ ਕੀ ਕਹਿਆ ਵਾ ਇਵੇਂ ਦਾ ਜਿਹੜਾ ਸਾਈਜ਼ ਆ ਆਬਜੈਕਟ ਨੂੰ ਕੀ ਆ ਟਵਾਈਸ ਚਾਹੀਦਾ ਆਪਾਂ ਮੈਂਸ਼ਨ ਕੀਤਾ ਹੈ ਵਾ ਕਿ ਲੈਂਸ ਕਿੰਨਾ ਚਾਹੀਦਾ ਸੋ ਦੈਟ ਦਾ ਇਮੇਜ ਇਸ ਟਵਾਈਸ ਦਾ ਸਾਈਜ਼ ਆਫ ਦਾ ਆਬਜੈਕਟ ਇਵੇਂ ਦਾ ਸਾਈਜ਼ ਆਬਜੈਕਟ ਨਾਲ ਟਵਾਈਸ ਹੋਵੇ ਤੈਨੂੰ ਮੈਥਮੈਟਿਕਲੀ ਕਿਵੇਂ ਲਿਖਾਂਗੇ ਆਪਾਂ ਐਚ ਡੈਸ਼ ਤਾਂ ਦੇਖੋ ਚਾਹੀਦੀ ਆਪਾਂ ਨੂੰ 2 ਟਾਈਮਸ ਦਾ ਐਚ ਤਾਂ ਐਚ ਡੈਸ਼ ਮੈਂ ਐਚ ਕੀ ਆ ਗਿਆ ਆਪਣੇ ਕੋਲ ਇਹਨੂੰ ਮੈਗਨੀਫਿਕੇਸ਼ਨ ਬੋਲਦੇ ਆਪਾਂ 2 ਆ ਗਿਆ ਤਾਂ ਐਮ ਦੀ ਵੈਲਿਊ ਕੀ ਮੈਨੂੰ ਮਿਲ ਗਈ ਨਹੀਂ ਆ 2 ਆ ਪਰ ਇਹਦਾ ਸਾਈਨ ਵੀ ਲੈਣਾ ਆਪਾਂ ਪੋਜ਼ਿਟਿਵ ਜਾਂ ਨੈਗੇਟਿਵ ਤੇ ਇਹਦੇ ਵਾਸਤੇ ਰੂਲ ਕੀ ਹੁੰਦਾ ਅਗਰ ਤਾਂ ਇਮੇਜ ਵਰਚੁਅਲ ਤੇ ਰੈਡ ਬਣ ਰਹੀ ਆ ਫਿਰ ਤਾਂ ਐਮ ਦਾ ਸਾਈਨ ਕੀ ਹੁੰਦਾ ਪੋਜ਼ਿਟਿਵ ਅਗਰ ਇਮੇਜ ਕਿਹੜੀ ਬਣ ਰਹੀ ਆ ਰੀਅਲ ਐਂਡ ਇਨਵਰਟਡ ਬਣ ਰਹੀ ਆ ਤਾਂ ਐਮ ਦਾ ਸਾਈਨ ਕੀ ਹੋਏਗਾ ਨੈਗੇਟਿਵ ਤੇ ਇੱਥੇ ਆਪਾਂ ਐਮ ਦਾ ਸਾਈਨ ਕੀ ਲੈਣਾ ਨੈਗੇਟਿਵ ਕਿਉਂਕਿ ਆਪਾਂ ਨੂੰ ਮੈਂਸ਼ਨ ਆ ਗਈ ਇਮੇਜ ਕਿਹੜੀ ਆ ਰੀਅਲ ਐਂਡ ਇਨਵਰਟਡ ਤਾਂ ਬਸ ਹੁਣ ਤੁਹਾਨੂੰ ਐਮ ਪਤਾ ਲੱਗ ਗਿਆ ਯੂ ਤੇ ਵੀ ਪਤਾ ਤਾਂ ਦੋ ਰਿਲੇਸ਼ਨ ਹੁੰਦੇ ਲੈਂਸ ਦੇ ਵਿੱਚ ਇੱਕ ਤਾਂ ਆਪਣੇ 1/b -1/u ਮਿਰਰ ਚ ਪਲੱਸ ਹੁੰਦਾ ਇੱਥੇ ਲੈਂਸ ਵਾਸਤੇ ਮਾਈਨਸ ਹੁੰਦਾ ਮੈਗਨੀਫਿਕੇਸ਼ਨ ਦਾ ਫਾਰਮੂਲਾ ਆਪਾਂ ਮਿਰਰ ਵਾਸਤੇ ਮਾਈਨਸ ਦਾ ਬਣਾਇਆ ਸੀ ਲੈਂਸ ਲਈ ਕੀ ਹੁੰਦਾ ਹੈ ਪਲੱਸ ਦਾ ਠੀਕ ਹੈ ਤਾਂ ਆਹ ਦੋ ਰਿਲੇਸ਼ਨ ਨੂੰ ਯੂਜ਼ ਕਰ ਸਕਦੇ ਹਾਂ ਤਾਂ ਕਿਹੜਾ ਆਪਾਂ ਪ੍ਰੈਫਰ ਕਰਾਂਗੇ ਆਪਾਂ ਉਸ ਤਰ੍ਹਾਂ ਅਕੋਰਡਿੰਗ ਟੂ ਗਿਵਨ ਡਾਟਾ ਨੀਚੇ ਐਮ ਵਾਲਾ ਤਾਂ ਐਮ ਦਾ ਰਿਲੇਸ਼ਨ ਯੂਜ਼ ਕੀਤਾ ਆਪਾਂ ਲਈ ਕੀ ਨਿਕਲੇਗਾ ਐਕਸ ਨਿਕਲੇਗਾ ਵੀ ਪੋਜ਼ਿਟਿਵ 90 ਪਲੱਸ ਐਕਸ 90 ਮਾਈਨਸ ਐਕਸ ਐਂਡ ਯੂ ਇਜ਼ ਨੈਗੇਟਿਵ ਐਕਸ ਐਂਡ ਮੈਗਨੀਫਿਕੇਸ਼ਨ ਇਜ਼ ਗਿਵਨ ਮਾਈਨਸ 2 ਕ੍ਰੋਸ ਮਲਟੀਪਲਾਈ ਕਰੋ ਪਲੱਸ 2x ਇਕੁਅਲ ਟੂ 90 ਮਾਈਨਸ ਐਕਸ 3x ਇਕੁਅਲ ਟੂ 90 ਐਂਡ x ਇਕੁਅਲ ਟੂ 30 ਤਾਂ ਆਪਣਾ ਕਲੀਅਰ ਇਹ ਵਾਲਾ ਆਬਜੈਕਟ ਕਿੰਨੀ ਦੂਰ ਰੱਖਣਾ ਆਪਾਂ 30 ਸੈਂਟੀਮੀਟਰ ਦੂਰ ਇਮੇਜ ਆਪਣੀ ਕਿੱਥੇ ਬਣ ਜਾਏਗੀ 90 ਮਾਈਨਸ 30 ਕਰਾਂਗੇ 60 ਸੈਂਟੀਮੀਟਰ ਦੇ ਇਹ ਫੋਕਲ ਲੈਂਥ ਪੁੱਛੀ ਆ ਤਾਂ ਰਿਲੇਸ਼ਨ ਤੋਂ ਯੂਜ਼ ਕਰ ਲਿਓ ਵੀ ਯੂ ਹੁੰਦ ਨੂੰ ਪਤਾ ਵਾ ਤੇ ਇਥੋਂ ਦਾ ਲੈਂਥ ਵੈਲਿਊ ਆ ਜਾਂਦਾ ਬਲੇ ਫੋਕਲ ਲੈਂਥ ਸਾਈਨ ਕਨਵੈਨਸ਼ਨ ਦੇ ਯੂ ਭਰਨੀ ਆਪਾਂ ਇਥੇ ਯੂ ਦੀ ਵੈਲਿਊ ਆਪਾਂ 30 ਲਵਾਂਗੇ ਤੇ ਵੀ ਦੀ ਵੈਲਿਊ ਪੋਜ਼ਿਟਿਵ 60 ਯੂਜ਼ ਕਰੋ ਤਾਂ ਤੋਂ ਫੋਕਲ ਲੈਂਥ ਠੀਕ ਹੈ ਤੇ ਇਸ ਤਰ੍ਹਾਂ ਲੈਂਸ ਇਕੁਏਸ਼ਨ ਨੂੰ ਯੂਜ਼ ਕਰਨਾ ਤਾਂ ਧਿਆਨ ਰੱਖਿਓ ਸਾਈਨ ਵਗੈਰਾ ਦਾ ਅਗਲਾ ਦੇਖੋ ਸੇਮ ਕੁਐਸਚਨ ਇਸ ਤਰ੍ਹਾਂ ਦਾ ਹੀ ਹੈ ਕਿਤੇ ਕਨਵੈਕਸ ਲੈਂਸ ਆ ਯੂਜ਼ ਟੂ ਆਬਟੇਨ ਦਾ ਮੈਗਨੀਫਿਕੇਸ਼ਨ ਇਮੇਜ ਔਨ ਦਾ ਸਕਰੀਨ ਫਰੋਮ ਦਾ ਲੈਂਸ ਫਾਈਂਡ ਆਊਟ ਫੋਕਲ ਇਹ ਵੀ ਜ਼ਰੂਰੀ ਗੱਲ ਹੋਵੇ ਇੱਕ ਆ ਹੋਰ ਦੇਖੋ ਇੱਕ ਰੋਲ ਇਮੇਜ ਆਬਟੇਨ ਔਨ ਦਾ ਬਾਈ ਦਾ ਕਨਵੈਕਸ ਲੈਂਸ ਇਸ ਰੈਕਟੈਂਡ 4 ਟਾਈਮਸ ਦਾ ਸਾਈਜ਼ ਆਫ ਹੁੰਦੇ ਕਹਿੰਦੇ ਇੱਕ ਇਮੇਜ ਫਾਰਮ ਕੀ ਥੀਰੀ ਕਨਵੈਕਸ ਲੈਂਸ ਨੇ ਉਹ ਰੈਕਟ ਆ ਤੇ ਜਦੋਂ ਇਹਨੇ ਰੈਕਟ ਇਮੇਜ ਕੀਆ ਤੁਹਾਨੂੰ ਪਤਾ ਲੱਗ ਜਾਏ ਆਬਜੈਕਟ ਕਿੱਥੇ ਪਲੇਸ ਕੀਆ ਜਦੋਂ ਇਹਦੀਆਂ ਰੇ ਡਾਇਗ੍ਰਾਮਸ ਪਤਾ ਤੇ ਰੇ ਡਾਇਗ੍ਰਾਮ ਤੁਹਾਨੂੰ ਕਰਾਉਣੀਆਂ ਨਹੀਂ ਆਉਣਗੀਆਂ ਪਰ ਇਨਫੋਰਮੇਸ਼ਨ ਉਹਦੇ ਬਾਰੇ ਕਲੀਅਰਲੀ ਤੁਹਾਨੂੰ ਪਤਾ ਹੋਣੀ ਚਾਹੀਦੀ ਕਿੱਥੇ ਆਬਜੈਕਟ ਤੇ ਕਿੱਥੇ ਇਮੇਜ ਬਣਦੀ ਹੋਈ ਤਾਂ ਫਸਟ ਵੇ ਕੀ ਕਹਿ ਰਹੇ ਹੋ ਇਮੇਜ ਫਾਰਮ ਬਾਈ ਦਾ ਕਨਵੈਕਸ ਲੈਂਸ ਇਜ਼ ਅਰੈਕਟ ਐਂਡ 4 ਟਾਈਮਸ ਦਾ ਸਾਈਜ਼ ਆਫ ਆਬਜੈਕਟ ਇਹਨੂੰ ਲਿਖਣਾ ਲੱਗੇ ਲੱਗੇ ਐਚ ਡੈਸ਼ ਤਾਂ ਦੇਖੋ ਲਾ 4 ਟਾਈਮਸ ਦਾ ਐਚ ਪਰ ਇਹ ਜਿੱਥੋਂ ਮੈਗਨੀਫਿਕੇਸ਼ਨ ਨਿਕਲੇ ਹੋਗੇ ਬੰਦੇ ਕੀ ਹੈ ਵੀ 4 ਪਰ ਇਹ ਵੈਲਿਊ ਕੀ ਲਾਉਂਦੇ ਇੱਥੇ ਪਹਿਲੀ ਪੋਜ਼ਿਟਿਵ ਕਿਉਂਕਿ ਆਪਾਂ ਨੂੰ ਮੈਂਸ਼ਨ ਆ ਗਈ ਇਮੇਜ ਕਿਹੜੀ ਬੰਦੀ ਪਈ ਆ ਅਰੈਕਟ ਬੰਦੀ ਪਈ ਵਰਚੁਅਲ ਐਂਡ ਅਰੈਕਟ ਕੀ ਹੈ ਫੋਕਲ ਲੈਂਥ ਵੀ ਦੇਤੀ ਆ ਮੰਨ ਲਈ ਤਾਂ ਫੋਕਲ ਲੈਂਥ ਦਿੱਤੀ ਆ 20 ਸੈਂਟੀਮੀਟਰ ਕਨਵੈਕਸ ਦਾ ਕੀ ਲਵਾਂਗੇ ਵੀ ਪੋਜ਼ਿਟਿਵ 20 ਇੰਚ ਤਾਂ ਫਾਈਂਡ ਆਊਟ ਦਾ ਆਬਜੈਕਟ ਐਂਡ ਇਮੇਜ ਪੋਜੀਸ਼ਨ ਆਬਜੈਕਟ ਤੇ ਇਮੇਜ ਦੀ ਪੋਜੀਸ਼ਨ ਕਰਨੀ ਆਪਾਂ ਕਿਹੜਾ ਯੂ ਤੇ ਵੀ ਕਰਦੇ ਆ ਤਾਂ ਬਹੁਤ ਸਿੰਪਲ ਜਿਹਾ ਤਰੀਕਾ ਹੈ v - u = 1/f
अगली स्टेप यूज कर लिया और ये देख सकूं कि गिवन एफ गिवन बट की मिसिंग है आपने बोले ना था यू पता नहीं बी पता पर एम दी वैल्यू पता एम का डायरेक्ट फार्मूला नहीं बोला बाबा क्योंकि हम तब तक बी बाय यू अब वैल्यू लगा के पुट कर सकते हैं एम दी वैल्यू की अपनी 4 तो वी बाय यू क्रॉस मल्टीप्लाई कर दो v दी वैल्यू 4 यू से रिप्लेस कर बस इसे सॉल्व कर लेंगे एलसीएम लेंगे 4 प्लस 20 है देखो हमने सॉल्व करके दी वैल्यू जो हमने पहला u दी है u दी वैल्यू इधर रिप्लेस करके v दी है तो u दे भी अब चलता है ठीक है तो ये 10th वाली थोड़े बहुत आए हुए हैं क्वेश्चन वैसे अगला क्वेश्चन देखो प्रिज्म दे भेज दिया अपन क्या है एक कन्वेक्स प्रिज्म रे इंसिडेंट ऑन द वन ऑफ द फेस रे दे एक इंसिडेंट फेस पे इंसिडेंट कर रही है और मर्ज ऑफ ऑन द अदर फेस दूसरे फेस से भी बाहर निकल आई है ट्रेस द पाथ ऑफ रे एंड ड्राइव द एक्सप्रेशन फॉर द रिफ्रैक्टिव इंडेक्स ड्राइव एक्सप्रेशन फॉर द रिफ्रैक्टिव इंडेक्स ऑफ ग्लास प्रिज्म ये पूरा टॉपिक ही दस देना तुम्हें सारा की है इनु प्रिज्म फार्मूला बोलते हैं मैं ट्राई कर लगी है तो मैथमेटिकली वर्क किया कोई बड़ा दिमाग लगाने वाला था सेटिंग से तो प्रिज्म के बीच में क्या है एक रे ऑफ लाइट इंसिडेंट कर रही है प्रिज्म के ऊपर विद एंगल ऑफ इंसिडेंट आई तो अब हमको पता रे तो डेंसर जा रही है तो की होगी टुवर्ड्स द नॉर्मल बेंड करेगी वो तो कितना थोड़ा टाइम भी काट करके अपन थोड़ा स्पीड ना बढ़ा रहे हैं अभी ने तब वीडियो को रोक के दोबारा सुन ले करो या आप दिए करके देख ले करो फिर उद्दू पर अभी तुरे करो आई इंसिडेंट एंगल हो गया आर अपने बोले रिफ्लेक्शन एंगल जिनों को आर मान गया सर और ए स्पेस से इंसिडेंट की थी तो ए एंगल है रिफ्लेक्शन एंगल आनु की नाम देना लिखा आर टू एक तो बेंसर टू रियर जा रही है तो बेंस अवे फ्रॉम द नॉर्मल तो ये जो इमरजेंस एंगल है उनकी देना लिखा ਇਹ ਡਾਇਗ੍ਰਾਮ ਬਹੁਤ ਸਾਫ ਨਹੀਂ ਮਾਨੀ ਚਾਹੀਦੀ ਕਿ ਸਾਰਾ ਕੁਝ ਡਾਇਗ੍ਰਾਮ ਦੇ ਬੇਸ ਤੇ ਦੀ ਡੈਰੀਵੇਸ਼ਨ ਜਿਹੜੀ ਹੈ ਇਹ ਆਪਾਂ ਓ ਪੁਆਇੰਟ ਕਰ ਦਿੰਦੇ ਜਿੱਥੇ ਨਾਰਮਲ ਕੱਟੇ ਜਾਂਦੇ ਆਪ ਨੂੰ ਕਿ ਪ੍ਰਿਜ਼ਮ ਐਂਗਲ ਆ ਇਹ ਲਿਖ ਦਿੰਦੇ ਆ ਇਹ ਆ ਪੁਆਇੰਟਸ ਨਾਮ ਲਿਓ P ਤੇ Q ਹੁਣ ਉਸ ਤੋਂ ਬਾਅਦ ਆਪਾਂ ਵੈਲਿਊ ਕਦੀ ਕੱਢਨੀ ਆ ਰਿਲੇਟ ਕਰਨਾ ਪ੍ਰਿਜ਼ਮ ਐਂਗਲ ਨੂੰ ਵਿਦ I ਤੇ E ਦੇ ਨਾਲ ਰਿਫਰੈਕਟਿਵ ਇੰਡੈਕਸ ਵਾਲੀ ਕਰਨੀ ਆਪਾਂ ਲੈ ਕੇ ਆਉਂਦੇ ਆ ਬਾਅਦ ਚ ਆਵਾਂਗੇ ਪਹਿਲਾਂ ਇਹਨਾਂ ਨੂੰ ਰਿਲੇਟ ਕਰ ਇਹਨੂੰ ਰਿਲੇਟ ਕਰਨ ਲਈ ਕੀ ਕਰਨਾ ਪਹਿਲਾਂ ਕੰਮ ਤਾਂ ਆਪਾਂ ਇੱਥੇ ਇੱਕ ਐਂਗਲ ਨੂੰ ਹੋਰ ਲੈ ਕੇ ਆਉਣਾ ਉਸ ਐਂਗਲ ਨੂੰ ਬੋਲਦੇ ਆ ਡੈਵੀਸ਼ਨ ਐਂਗਲ ਇਹ ਰੇ ਨੂੰ ਸੈਂਡ ਕਰ ਲਿਓ ਰਿਫਰੈਕਟਿਵ ਵੀ ਕੀਤਾ ਹੋਇਆ ਉਹ ਇਹਦੇ ਬੇਸ ਤੇ ਸਾਰਾ ਇਹਨੂੰ ਸੈਂਡ ਕਰ ਲਿਓ ਤਾਂ ਦੋਨੋਂ ਸੈਂਡ ਕਰਨ ਤੋਂ ਬਾਅਦ ਜਿਹੜਾ ਐਂਗਲ ਬਣਿਆ ਜਿੱਥੇ ਲਾਈਟ ਡੈਵੀਏਟ ਕੀਤੀ ਹੈ ਇਹਨੂੰ ਬੋਲਦੇ ਆ ਐਂਗਲ ਆਫ ਡੈਵੀਸ਼ਨ ਡੈਲਟਾ ਇਹ ਡੈਵੀਸ਼ਨ ਐਂਗਲ ਆ ਗਿਆ ਤੇ ਆ ਐਂਗਲ ਨੂੰ ਬੋਲਦੇ ਆ ਡੈਵੀਸ਼ਨ ਐਟ ਫਰਸਟ ਫੇਸ ਡੈਲਟਾ 1 ਇਹਦਾ ਆਰ ਬੰਦ ਤੋਂ ਉੱਪਰ ਐਂਗਲ ਇਹ ਡੈਲਟਾ 1 ਆ ਐਂਗਲ ਕੀ ਆ ਡੈਲਟਾ 2 ਇਹ ਡੈਲਟਾ 1 ਡੈਲਟਾ 2 ਕੀ ਆ ਇਹ ਪਹਿਲੇ ਫੇਸ ਤੇ ਲਾਈਟ ਡਿਪੈਂਡ ਹੋਈ ਆ ਡੈਲਟਾ 2 ਕੀ ਆ ਦੂਜੇ ਫੇਸ ਤੇ ਲਾਈਟ ਡਿਪੈਂਡ ਹੋਈ ਆ ਵਿੰਡੋ ਨੂੰ ਕਹਿੰਦੇ ਡੈਵੀਸ਼ਨ ਇਹ ਦੋਨੋਂ ਡੈਵੀਸ਼ਨ ਆ ਦੋਨੋਂ ਫੇਸ ਦੇ ਉੱਪਰ ਪਹਿਲੇ ਫੇਸ ਤੇ ਦੂਜੇ ਫੇਸ ਤੇ ਡੈਲਟਾ ਕੀ ਆ ਟੋਟਲ ਡੈਵੀਸ਼ਨ ਦੋਵਾਂ ਦਾ ਸਮ ਆ ਡੈਲਟਾ ਕੀ ਲਿਖਣੇ ਪਾਉਂਗੇ ਇਹਨੂੰ ਨਾਮ ਦੇ ਦਿਓ ਐਨ ਕਿਉ ਦਿੱਤਾ ਇਹਨੂੰ ਕੀ ਨਾਮ ਦੇ ਦਿਓ ਪੁਆਇੰਟ ਨੂੰ ਹਾਂ ਤਾਂ ਆਪਾਂ ਟ੍ਰਾਇੰਗਲ ਯੂਜ਼ ਕਰਾਂਗੇ ਪੀ ਕਿਉ ਆਰ ਦੇ ਵਿੱਚ ਜਿਹੜਾ ਆਊਟਰ ਐਂਗਲ ਡੈਲਟਾ ਉਹਦਾ ਦੀ ਇਕਵਲ ਹੋਗਾ ਇੰਟੀਰੀਅਰ ਦੋ ਐਂਗਲ ਦਾ ਸਮ ਡੈਲਟਾ 1 ਪਲੱਸ ਡੈਲਟਾ 2 ਤੇ ਜੇ ਆਪਾਂ ਡੈਲਟਾ 1 ਡੈਲਟਾ 2 ਦੀ ਵੈਲਿਊ ਕਰਾਉਣੀ ਹੁਣ ਕਿਵੇਂ ਬਣੀ ਦੇਖੋ ਡੈਲਟਾ 1 ਆਲਸੋ ਡੈਲਟਾ 1 ਦੀ ਵੈਲਿਊ ਕੀ ਹੋਏਗੀ ਆਈ ਦੀ ਫਾਰਮ ਚ ਲਿਖੀ ਹੋਈ ਤਾਂ तो थोड़ा आ तरीका देखो आप पूरा एंगल आई है तो आप पूरा भी क्या होएगा वर्टिकल ऑपोजिट रहेगा आई रहेगा जे ये आई आप पूरा आई है आई ਦੇ ਵਿੱਚੋਂ ਆਪਾਂ ਨੀਚੇ ਵਾਲਾ ਆਰ 1 ਮਾਈਨਸ ਕਰ ਦਾਂਗੇ ਤਾਂ ਕਿਹੜਾ ਆ ਜੇ ਆਪਣੇ ਕੋਲੇ ਡੈਲਟਾ 1 ਹੈਗਾ ਡੈਲਟਾ 1 ਇਜ਼ ਆਈ ਮਾਈਨਸ ਆਰ 1 ਸਿਮਿਲਰਲੀ ਡੈਲਟਾ 2 ਇਡ ਹੋਏਗਾ ਜੇ ਆ ਈ ਹੈ ਤਾਂ ਵੀ ਪੂਰਾ ਈ ਹੋਏਗਾ
ए आ जाएगा ई माइनस आर टू, इन्हें दो ही वैल्यू पर देते सो डेल्टा इक्वल टू आर इक्वल आ जाएगा आई माइनस आर वन प्लस ई माइनस आर टू, डेल्टा इक्वल टू आई प्लस ई माइनस आर वन माइनस आर टू, कॉमन कर लो नेगेटिव टू आई प्लस ई इक्वल टू इक्वेशन नंबर वन या टू जो भी नाम देना नहीं देते, जो वन के तो पहला नाम है ना इन्हें टू देते हो बस। तो फर्स्ट रिलेशन आ गया आपके आर वन आर टू का तो ई दे आई था विद डेल्टा, पर थोड़ा इन्हें नाम फर्दर आपको सॉल्व करना है तो सॉल्व कर ले ये रखे एक ट्रायंगल यूज करा गया पर पी ओ क्यू ट्रायंगल डायग्राम से दिखा रखे पी ओ क्यू ट्रायंगल देखो अब पी ओ क्यू ट्रायंगल की होएगा आर वन आर टू एंगल ते ओ एंगल का सम ट्रायंगल दे तीनों एंगल का सम 180 लिख सकते हैं एंगल सम प्रॉपर्टी का आर वन आर टू की अपने लिए जेडे रिफ्लेक्शन एंगल है एक आधे इक्वल आ गए 180 माइनस एंगल ओ फिर अगेन अपन ये करना फिर क्वाड्रेटर लेनी होना बच्चा चार साइड आनी जेडी ए बी ए पी ओ क्यू डायग्राम से आ गया ए बी ओ क्यू वाली एरेज की होएगा एंगल ए पी एंगल वाले मेरे साइन जी बोलता पी क्यू ते ओ एंगल का सम का देख लो इथे चार एंगल का सम बेटा अंदर आवे जो 360 होता तेनो 360 देख पर ए च अपन पी ते क्यू एंगल पता कने यार अपन पता है एंगल कितना है नॉर्मल का एंगल सरफेस नॉर्मल कितना आवे जो 90 ये नीचे वाला 90 तो ऊपर लगे ही होगा 90 ता पी ते क्यू नो 90 पुट करते हैं अपन नॉर्मल से एंगल लेके तो अपने को ले ए एंगल की वैल्यू आ गई ए एंगल इधर रख लो लेफ्ट साइड बाकी उधर ले लो सारे 90 प्लस 90 180 180 माइनस 360 180 ते ओ एंगल उधर आ गई माइनस हो गया एंड इक्वेशन नंबर 3 इधर आ गई ना दो नंबर ए 3 2 ते 3 तो की क्लियर हो रहा है ए भी 180 माइनस होगा ए भी 180 माइनस होगा तो राइट साइड इक्वल है तो दो की लिख सकते हैं फिर अपन तो फ्रॉम लिख दो फ्रॉम क्वेश्चन नंबर 1 एंड 2 या 3 एंड 4 जो भी नाम देते हैं आर 1 आर 2 का सम का इक्वल आ गया ए दे तेनो पुट कर दे क्वेश्चन नंबर 1 च आर 1 आर 2 का सम तो डेल्टा का इक्वल आ जाता आई प्लस ई माइनस ए ए इधर के प्लस हो गया तो डेल्टा प्लस ए इक्वल टू आई प्लस ई आ क्वेश्चन आ जाएगा डेविएशन एंगल का विद इंसिडेंट एंगल है समझने इन प्रिज्म फार्मूला भी बोलते हैं डेल्टा प्लस ए इक्वल टू आई प्लस सी दिया अगर ए दे विच ही करा एक और टॉपिक आ जाता है ऐसे टॉपिक दे भी वो है अगर टॉपिक तो बोलते मिनिमम डेविएशन इधर वो प्रैक्टिकल की तो है तो मिनिमम डेविएशन आस्ते पर की देखते हैं मिनिमम डेविएशन पर करा गए तो आप वेरिएशन देखा कि दी टेबल में उन्होंने अपन एक साइड नो पर डेविएशन एंगल लेने एक वैसे नो पर इंसिडेंट एंगल लेते तो आप अलग अलग वैल्यूज उन्होंने लिया सात आठ वैल्यू लिए भी लिया सात अलग वो वैल्यू लेने हैं आई दे डेल डिफरेंट एंगल के लाइट में इंसिडेंट करो ना तो अकॉर्डिंग डेविएशन एंगल अलग अलग वो मेजरमेंट कर लेंगे जब मेजरमेंट करके पे ग्राफ बनाने हैं तो ग्राफ किस तरह नोट करते हैं कि पहला आई छोटे आस्ते डेविएशन एंगल की है लार्ज है पर जिवें जिवें इंसिडेंट एंगल वधदा ता डेविएशन एंगल घटदा फिर घट के फिर वध जांदा ठीक है ते जिथे सब तो घट गया सी एंगल जेड़ा लंबे ले इस एंगल नु की बोलदे आपा एंगल ऑफ मिनिमम डेविएशन तो बगे एक ही है मिनिमम डेविएशन है एंगल ऑफ